السلام علیکم سر نا کی اپنا قدیر احمد اچھا سر آپ کے پاس کتنے جانور آئے ہیں تری جانور نے اچھا تری جانور کہڑے کہڑے جانور جو ہے کہڑی کہڑی نسل دے مطلب ਬਾਰੀ ਝੋਟੀਆਂ ਰੱਖੀਆਂ ਨੇ ਸਾਰੀਆਂ ਹੀ ਦੁੱਧ ਵਾਸਤੇ ਤਿਆਰ ਕਰ ਲਈਆਂ ਇਹ ਝੋਟੀਆਂ ਨੇ ਦੁੱਧ ਵਾਸਤੇ ਤਿਆਰ ਕਰ ਰਹੇ ਸਾਰੀਆਂ ਸੁਣ ਵਾਲੀਆਂ ਨੇ ਸਾਰੀਆਂ ਝੋਟੀਆਂ ਨੇ ਹਾਂਜੀ ਤਕਰੀਬਨ ਇਹ ਝੋਟੀਆਂ ਜਿਹੜੀਆਂ ਨੇ ਪਹਿਲੇ ਸੂਏ ਦੂਸਰੇ ਸੂਏ ਪਹਿਲੇ ਦੂਸਰੇ ਸੂਏ ਸਾਰੀਆਂ ਅਸੀਂ ਖਾਲੀ ਲਿਆਂਦੀਆਂ ਇਹਨੂੰ ਸਾਰੀਆਂ ਸੁਣ ਵਾਲੀਆਂ ਨੇ ਮਤਲਬ ਕਿੱਥੋਂ ਲੈ ਕੇ ਆਉਂਦੇ ਹੋ ਅਸੀਂ ਲਾਹੌਰ ਤੋਂ ਲਿਆਂਦੇ ਅਸੀਂ ਕਿਹੜੀ ਮੰਡੀ ਤੋਂ ਲਾਹੌਰ ਮੰਡੀ ਤੋਂ ਲਈ ਹੈ ਲਾਹੌਰ ਮੰਡੀ ਤੋਂ ਲੈ ਕੇ ਆਉਂਦੇ ਉੱਥੋਂ ਫਿਰ ਉਹ ਨਸਲੀ ਝੋਟੀਆਂ ਦੇਖ ਲੈ ਲਈਏ ਅੱਛਾ ਕਿਸ ਮਕਸਦ ਲਈ ਤੁਸੀਂ ਇਹ ਕਾਰੋਬਾਰ ਕਰ ਰਹੇ ਹੋ ਮਤਲਬ ਦੁੱਧ ਦਾ ਕਰਦੇ ਹੋ ਜਾਂ ਸਿਰਫ ਝੋਟੀਆਂ ਤਿਆਰ ਕਰ ਦੁੱਧ ਦਾ ਕਰਨ ਵਾਸਤੇ ਲੈਂਦੇ ਆ ਦੁੱਧ ਦਾ ਕਰਨ ਵਾਸਤੇ ਤੇ ਲੈਂਦੇ ਆ ਤੇ ਕਿੰਨੀ ਦੇਰ ਤੂੰ ਇਹ ਕੰਮ ਕਰ ਰਹੇ ਹੋ ਹੁਣ ਤੇ ਪੰਜ ਸੂਈਆਂ ਨੇ ਘਰ ਬਾਕੀ ਸਭ ਸੁਣ ਲਿਆ ਨਹੀਂ ਮਤਲਬ ਸ਼ੁਰੂ ਕੰਮ ਦਾ ਕੀਤਾ ਕਾਰੋਬਾਰ ਕੰਮ ਕਾਰੋਬਾਰ ਕਰ ਰਹੇ ਕਾਰੋਬਾਰ ਤੇ ਹੋ 10-15 ਸਾਲ 10-15 ਸਾਲ ਤੇ ਸ਼ੁਰੂ ਤੋਂ ਇਹ ਕੀਤਾ ਮਤਲਬ ਝੋਟੀਆਂ ਲਿਆਂਦੀਆਂ ਤਿਆਰ ਕਰਦੇ ਤੇ ਸਰ ਕਿਹੜੀ ਕਿਹੜੀ ਉਮਰ ਦੀਆਂ ਤੇ ਕਿਹੜੀ ਕਿਹੜੀ ਕੀਮਤ ਲੈ ਕੇ ਆਉਂਦੇ ਹੋ ਵਾਲਾ ਤੁਸੀਂ ਝੋਗੀਆਂ ਲਿਆਉਂਦੇ ਆ ਮੂਰੀਆਂ ਹਾਂਜੀ ਤੇ ਅੱਗੋਂ ਤਿਆਰ ਹੋ ਜਾਂਦੇ ਨੇ ਉਸ ਤੋਂ ਆਉਂਦੇ ਬਣ ਜਾਂਦੀਆਂ ਨੇ ਤਿਆਰ ਕਰਕੇ ਸੇਲ ਕਰ ਛੱਡਦੇ ਹੋ ਤੇ ਦੁੱਧ ਦਾ ਕੰਮ ਤੇ ਨਹੀਂ ਕਰਦੇ ਅੱਛਾ ਸਰ ਜਦੋਂ ਤੁਸੀਂ ਲੈ ਕੇ ਆਉਂਦੇ ਹੋ ਤੇ ਇਹ ਤਕਰੀਬਨ ਉਦੋਂ ਨਵੀਆਂ ਹੋ ਗਈਆਂ ਹੁੰਦੀਆਂ ਨੇ ਜਾਂ ਘਰ ਆ ਕਰਦੇ ਆ ਇੱਥੇ ਆ ਗਏ ਫਿਰ ਬਣ ਜਾਂਦੇ ਉੱਥੋਂ ਉਮਰਾਂ ਦੀ ਪੂਰੀ ਹੁੰਦੀ ਹੈ ਝੋਗਿਆਂ ਦਾ ਜੀ ਤੇ ਫਿਰ ਉਧਰ ਇਲਾਕੇ 'ਚ ਨਹੀਂ ਬਣਦੀਆਂ ਇੱਥੇ ਆਉਂਦੀਆਂ ਤੋਂ ਪਾਣੀ ਬਦਲਦਾ ਇਹਨਾਂ ਦਾ ਤੇ ਕਿਸ ਤਰ੍ਹਾਂ ਤਕਰੀਬਨ ਇੱਧਰ ਆ ਕੇ ਤੁਸੀਂ ਨਵੀਆਂ ਕਰਵਾਉਂਦੇ ਹੋ ਡਾਕਟਰ ਨਾਲ ਮਸ਼ਵਰਾ ਰੱਖੀਆਂ ਨਹੀਂ ਨਹੀਂ ਬਸ ਪੱਠੇ ਪਾਉਂਦੇ ਆ ਤਾਂ ਸਰਮਰ ਵਿੱਚ ਰੱਖਿਆ ਦੋ ਰੱਖੇ ਨੇ ਅਸੀਂ ਦੋ ਨੇ ਤੇ ਇਹ ਕਿਹੜੀ ਨਸਲ ਦੇ ਨੇ ਬਾੜੀ ਤੇ ਡੰਗਰ ਵੀ ਤੁਸੀਂ ਮੰਝਾਂ ਵੀ ਆਪਣਾ ਝੋਟੀਆਂ ਵਪਾਰੀ ਕੇ ਲੈ ਕੇ ਆਉਂਦੇ ਹੋ ਝੋਟੀਆਂ ਵਪਾਰੀ ਇਹ ਘਰ ਦਾ ਤਿਆਰ ਕੀਤਾ ਤੇ ਦੂਸਰਾ ਉਹ ਬਾਹਰ ਬੋਲਿਆ ਅੱਛਾ ਸਰ ਇੰਨੇ ਜਾਨਵਰ ਵਾਸਤੇ ਜਗ੍ਹਾ ਜਿਹੜੀ ਉਹ ਕਿੰਨੀ ਕੁ ਬਣਾਈ ਹੈ ਤੁਸੀਂ ਜਗ੍ਹਾ ਇਹੋ ਤੁਹਾਡੇ ਸਾਹਮਣੇ ਜਿਹੜੀ ਕਿੰਨੇ ਮਰਲੇ ਆ ਤਕਰੀਬਨ ਕਿੰਨੇ ਮਰਲੇ ਜੇ ਤਕਰੀਬਨ ਛੇ ਮਰਲੇ ਹੋ ਜੀ ਛੇ ਮਰਲੇ ਆ ਜੀ ਬਾਕੀ ਉਹ ਪਾਲੇ ਤੇ ਬਾਕੀ ਉਹ ਪਰੇ ਸ਼ੈਡ ਬਣਾਇਆ ਤੁਸੀਂ ਹਾਂਜੀ ਦੋ ਦਾ ਜਮੀ ਉਧਰ ਵੀ ਹੈ ਕਿਆ ਹੁਣ ਨਾ ਵਾਸ ਤੇ ਸਰ ਕਿੰਨੇ ਬਾਈ ਕਿੰਨੇ ਦਾ ਜੇ 13x7 65 ਤੇ ਜਦੋਂ ਤੁਸੀਂ ਬਣਾਇਆ ਸੀ ਤਕਰੀਬਨ ਇਹ ਤੇ ਕਿੰਨਾ ਖਰਚਾ ਆ ਗਿਆ ਸੀ ਤੁਹਾਡਾ ਚਾਰੇ ਵਾਸਤੇ ਕਿੰਨੀ ਜ਼ਮੀਨ ਹੋਣੀ ਚਾਹੀਦੀ ਆ ਅੱਛਾ ਅਸੀਂ ਤੇ ਅਸੀਂ ਦੇਖਨੇ ਪਿਆ ਕਿ ਤੁਸੀਂ ਝੋਟੀਆਂ ਦੇ ਨਾਲ ਨਾਲ ਕੋ ਵੱਛੇ ਵੀ ਪਾਲੇ ਦੇ ਜੇ ਇਹ ਹੈ ਵੀ ਗਾਈਆਂ ਰੱਖੀ ਨੇ ਇਹ ਵੱਛਾ ਇੱਕ ਪਾਲਮਾ ਗਾਈਆਂ ਕਿੰਨੀਆਂ ਕਰ ਰੱਖੀ ਦੀਆਂ ਜੇ ਗਾਈਆਂ ਚਾਰ ਨੇ ਚਾਰ ਨੇ ਦੋ ਜੇ ਵੱਛੇ ਅੱਛਾ ਤੁਸੀਂ ਦੋਏ ਚੀਜ਼ਾਂ ਇਕੱਠੀਆਂ ਦੋਨਾਂ ਦੀ ਫਾਰਮਿੰਗ ਕਰ ਰਹੇ ਹੋ ਤੇ ਤੁਸੀਂ ਕੀ ਆਣਾ ਤੁਹਾਨੂੰ ਨਤੀਜਾ ਕੱਢਿਆ ਕਿਹੜਾ ਕੰਮ ਕਰਨਾ ਆਸਾਨ ਹੈ ਮੱਝਾਂ ਵਾਲਾ ਕੰਮ ਆਸਾਨ ਜੀ ਜਾਂ ਗਾਈਆਂ ਵਾਲਾ ਆਸਾਨ ਹੈ ਦੋਏ ਕੀ ਆਪਣਾ ਪੱਠੇ ਉਹਨੇ ਵੀ ਖਾਣੇ ਉਹਨੇ ਵੀ ਖਾਣੇ ਨੇ ਨਹੀਂ ਕੁਛ ਪ੍ਰੋਫਿਟ ਵੀ ਤੇ ਹੁੰਦਾ ਨਾ ਕਿ ਮੱਝਾਂ ਜ਼ਿਆਦਾ ਫਾਇਦਾ ਦਿੰਦੀਆਂ ਨੇ ਜਾਂ ਗਾਈਆਂ ਜ਼ਿਆਦਾ ਦਿੰਦੀਆਂ ਨੇ ਮੀਆਂ ਦੁੱਧ ਵੇਚੀ ਜਾਂਦਾ ਗਾਈਆਂ ਦਾ ਦੁੱਧ ਘੱਟ ਵਿਕਦਾ ਅੱਛਾ ਗਾਈਆਂ ਦਾ ਦੁੱਧ ਮੁਸ਼ਕਲ ਵਿਕਦਾ ਹਾਂਜੀ ਤੇ ਜ਼ਿਆਦਾ ਕੌਣ ਦੁੱਧ ਦਿੰਦਾ ਜੇ ਮੱਝਾਂ ਜਾਂ ਗਾਈਆਂ ਗਾਈਆਂ ਦਾ ਅੱਛਾ ਇੰਨੇ ਡੰਗਰਾਂ ਨੂੰ ਪਾਲਣ ਵਾਸਤੇ ਤੁਸੀਂ ਕਿੰਨੇ ਬੰਦੇ ਕਰ ਰਹੇ ਹੋ ਕੰਮ ਤਿੰਨ ਬੰਦੇ ਆਪਣੇ ਹੀ ਨੇ ਕਿ ਜਾਂ ਲੇਬਰ ਵੀ ਰੱਖੀ ਜੇ ਵਿੱਚ ਰੱਖੀ ਲੇਬਰ ਦੋਂਗੀ ਜਾਂਗੇ ਆਪ ਹੀ ਕਰਨੇ ਪੈਂਦੇ ਅੱਛਾ ਤਲਾਬ ਜਿਹੜਾ ਬਣਾਇਆ ਜੇ ਤੁਸੀਂ ਇਹ ਤਕਰੀਬਨ ਇੰਨੇ ਜਾਨਵਰਾਂ ਲਈ ਕਾਫੀ ਹੈ ਜਾਂ ਥੋੜ੍ਹਾ ਨਹੀਂ ਕਾਫੀ ਹੈ 20-22 ਡੰਗਰ ਆ ਜਾਂਦੇ ਆ ਜੀ ਅੱਛਾ ਤਕਰੀਬਨ ਇਹਨੂੰ ਤਲਾਬ ਨੂੰ ਇਸਤੇਮਾਲ ਕਰਨ ਦਾ ਕੀ ਰੂਟੀਨ ਹੈ ਤੁਹਾਡੀ ਦਿਨ ਦੇ ਵਿੱਚ ਕਿੰਨੀ ਦਫ਼ਾ ਇਹਨੂੰ ਜਾਨਵਰਾਂ ਨੂੰ ਇਹਨਾਂ ਵਿੱਚ ਛੱਡਦੇ ਹੋ ਸੁਬਹ ਛੱਡਣੇ ਤੇ ਕਿਸੇ ਟਾਈਮ ਇਕੱਠੇ ਪਾਉਣੇ ਉਹ ਬਾਅਦ ਕਰਨੇ ਉਹ ਧਾਰਾਂ ਵਾਲੀਆਂ ਬਾਹਰ ਵੇਖ ਬਾਕੀ ਦੂਸਰੇ ਵਿੱਚ ਰਹਿੰਦੇ ਸਾਰਾ ਦਿਨ ਇਹ 'ਚ ਰਹਿੰਦੇ ਨੇ ਬਾਕੀ ਆਏ 'ਚ ਰਹਿੰਦੇ ਹੁਣ ਜਦੋਂ ਧਾਰਾਂ ਕੱਢ ਰਿਹਾ ਇਕੱਠੇ ਪਾਉਣੇ ਨਾ ਉਹਨਾਂ ਨੇ ਆਪੇ ਹੀ ਕਰਾਉਣਾ ਬਾਹਰ ਅੱਛਾ ਇੱਕ ਜਾਨਵਰ ਤੁਸੀਂ ਖਰੀਦਦੇ ਹੋ ਦੱਸ ਰਹੇ ਹੋ ਕਿ 70-75 ਜਾਂ 80 ਹਜ਼ਾਰ ਦਾ ਖਰੀਦਦੇ ਹੋ ਉਹ ਤਕਰੀਬਨ ਕਿੰਨਾ ਅਰਸਾ ਕੋ ਰੱਖ ਕੇ ਤੇ ਫਿਰ ਉਹ ਤੁਸੀਂ ਸੇਲ ਕਰਦੇ ਹੋ ਉਹ 1.5 ਸਾਲ ਰੱਖਣੇ ਪੈ ਸਕਦੇ 1.5 ਸਾਲ ਤੇ ਉਹ 1.5 ਸਾਲ ਬਾਅਦ ਕਿੰਨੇ ਦਾ ਸੇਲ ਹੋ ਜਾਂਦਾ ਤੁਸੀਂ ਜ਼ਾਹਰ 160 ਦਾ 165 ਦਾ ਮਤਲਬ ਇੱਕ ਮੱਝ ਜਿਹੜੀ 160-165 ਦੀ ਹੁੰਦੀ ਹੈ ਹਾਂਜੀ ਹੁਣ ਤੇ ਜਿਹੜਾ ਸਾਹਿਬ ਜਿਹੜੀ 90-95 ਲਾਣੀ ਉਹ ਫਿਰ 2 ਲੱਖ ਦੇ ਤਾਂ ਹੁਣ ਤੇ ਰੇਟ ਬਹੁਤ ਜ਼ਿਆਦਾ ਹੈ 2.5 ਲੱਖ ਰੁਪਏ ਦਾ ਨਗਲ ਮਿਲਦਾ ਪਿਆ
ਤੇ ਤਕਰੀਬਨ ਖਰਚਾ ਜਿਹੜਾ ਉਹ ਕਿੰਨਾ ਕੁ ਹੋ ਜਾਂਦਾ ਇੱਕ ਜਾਨਵਰ ਤੇ ਸਾਲ ਡੇਢ ਦੇ ਵਿੱਚ? ਜੋ ਉਸ ਪਾਸੇ ਜਾਨਵਰ ਹਿਸਾਬ ਲਾਈਏ ਫਿਰ ਤੇ ਦੂਰੀ ਕੰਮ ਪੈਂਦਾ ਜੇ ਅਸੀਂ ਘਰ ਦੇ ਆਪ ਹੀ ਪਾਲੇ ਪੁੰਨੇ ਤੇ ਕਦੇ ਨਹੀਂ ਖਰਚਾ ਹਿਸਾਬ ਲਾਇਆ। ਮਤਲਬ ਖਰਚਾ ਖੁਰਚਾ ਕੋਈ ਨਹੀਂ ਕਦੇ ਅੰਦਾਜ਼ਾ ਲਾਇਆ? ਤਕਰੀਬਨ ਮਾਸ਼ਾਅੱਲਾ ਫਾਰਮ ਤੇ ਤੁਹਾਡਾ ਕਾਫੀ ਜ਼ਿਆਦਾ ਵਸੀ ਹੈ ਤੇ ਇਹਦੇ ਵਿੱਚ ਤਕਰੀਬਨ ਕਿੰਨੇ ਕੁ ਜਾਨਵਰ ਜਿਹੜੇ ਨੇ ਆਸਾਨੀ ਦੇ ਨਾਲ ਰਹਿ ਸਕਦੇ ਜੇ? ਚਾਲੀ ਰਹਿ ਸਕਦੇ ਨੇ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਿੰਨੇ ਕੁ ਰੱਖੇ ਨੇ? ਅਸੀਂ ਈਦ ਦੇ ਦਿਨਾਂ 'ਚ ਬੱਚੇ ਰੱਖਣੇ ਆ ਅਤੇ ਉਹ ਫਿਰ ਕਾਫੀ ਹੋ ਜਾਂਦੇ ਨੇ ਅਤੇ ਫਿਰ ਬੱਚੇ ਫਿਰ ਮਿਲੀਆਂ ਸ਼ਹਿਦ ਲੈਣੇ ਅਤੇ ਬੱਚੇ ਉੱਧਰ ਰੱਖਣੇ ਆ। ਤੁਸੀਂ ਅੱਜ ਕੱਲ੍ਹ ਬੱਚਾ ਕੋਈ ਨਹੀਂ ਅਤੇ ਬਣੀ 2 ਮਹੀਨੇ ਹੋਰ ਕਰਨੇ ਬੱਚਿਆਂ ਦਾ ਕੰਮ ਛੋਟੀ ਤੋਂ ਵੱਡੀ। ਅੱਛਾ, ਬੱਚਿਆਂ ਦਾ ਕੰਮ ਵੀ ਕਰਦੇ ਹੋ? ਬੱਚਿਆਂ ਦਾ ਕੀ ਪ੍ਰੋਸੈਸ ਕਰਦੇ ਹੋ, ਕਿੰਨੇ ਮਹੀਨੇ ਦਾ ਲਿਆ ਕੇ ਅਤੇ ਫਿਰ ਕਿਸ ਤਰ੍ਹਾਂ ਸੇਲ ਕਰਦੇ ਹੋ? ਅਸੀਂ ਮੁਕੰਬਲ ਲਿਆਉਂਦੇ ਹਾਂ ਬੱਚਿਆਂ ਨੂੰ। ਅੱਛਾ, ਅਤੇ ਛੋਟੀ ਤੋਂ ਵੱਡੀ ਤੱਕ ਲਿਆਈ ਜਾਂਦੇ ਅਤੇ ਸੇਲ ਕਰੀ ਜਾਂਦੇ। 2.5 ਮਹੀਨੇ ਤੱਕ ਉਹਨਾਂ ਨੂੰ ਕੱਢ ਲਿਆਈ ਜਾਂਦੇ ਅਤੇ ਵੇਚੀ ਜਾਂਦੇ? ਲਿਆਈ ਜਾਂਦੇ ਗੱਡੀ ਹਫ਼ਤੇ ਬਾਅਦ ਆ ਜਾਏ, 2 ਹਫ਼ਤੇ ਬਾਅਦ ਆ, ਜਦੋਂ ਲਿਆਈ ਜਾਂਦੇ ਇੱਥੇ ਮੰਡੀ ਤੋਂ ਖੜ ਕੇ ਮੰਡੀ ਕੁਛ ਭਾਅ ਦੇਖੋ। ਅੱਛਾ ਸਰ, ਸਾਨੂੰ ਕੋਈ ਥੋੜ੍ਹਾ ਜਿਹਾ ਇਹਨਾਂ ਦਾ ਮੋਟੀ ਮੋਟੀ ਬਿਮਾਰੀਆਂ ਦੇ ਮੁਤਾਲਕ ਦੱਸ ਦਿਓ, ਜਿਹੜੀਆਂ ਤੁਹਾਡੇ ਮੱਝਾਂ ਦੀਆਂ ਭੈਂਸਾਂ ਦੀਆਂ ਨੇ ਜਿਹੜੀਆਂ ਆਮ ਹਮਲਾ ਕਰਦੀਆਂ ਨੇ, ਉਹ ਕਿਹੜੀਆਂ ਕਿਹੜੀਆਂ ਨੇ? ਵਾਲਾ ਬੁਖਾਰ ਬਹੁਤ ਹੁੰਦਾ, ਹੋਰ ਤਾਂ ਗੱਲ ਕੋਈ ਨਹੀਂ, ਪਰੇਸ਼ਾਨੀ ਨਹੀਂ ਹੁੰਦੀ। ਅੱਛਾ, ਜਿਹੜਾ ਠੋਰ ਆਉਂਦਾ ਸਾਲ ਦੇ ਵਿੱਚ? ਅੱਛਾ, ਤੁਸੀਂ ਜਿਹੜੀਆਂ ਝੋਟੀਆਂ ਲੈ ਕੇ ਆਉਂਦੇ ਹੋ ਜਾਂ ਜਿਹੜੀ ਪਹਿਲਾਂ ਝੋਟੀ ਲੈ ਕੇ ਆਉਂਦੇ ਹੋ, ਉਹ ਅਗਰ ਆ ਕੇ ਤਾਂ ਨਾ ਨਵੀਂ ਹੋਏ ਤਾਂ ਉਹਦੇ ਵਾਸਤੇ ਕੋਈ ਦੇਸੀ ਟੋਟਕਾ ਵਗੈਰਾ ਕਰਦੇ ਹੋ, ਉਹਨੂੰ ਕੋਈ ਦਿੰਦੇ ਕਿਹੋ ਜਿਹੀਆਂ ਚੀਜ਼ਾਂ ਕਿ ਜਾਂ ਕੋਈ ਨਾ? ਨਹੀਂ, ਕੋਈ ਆਪਣੀ ਮਰਜ਼ੀ ਨਾਲ ਹੀ ਬਣਦੇ ਆ, ਕੋਈ ਮਹੀਨੇ ਬਾਅਦ, ਕੋਈ 2 ਮਹੀਨੇ ਬਾਅਦ, ਕੋਈ ਸਾਲ ਵੀ ਨਹੀਂ ਬਣਦੀ। ਮਤਲਬ ਬਣ ਜਾਂਦੀਆਂ ਨੇ ਸਾਰੀਆਂ? ਬਣ ਜਾਂਦੀਆਂ, ਕੋਈ ਇਹ ਨਾ ਕਈ ਫਰਾਰ ਹੁੰਦੇ ਨੇ ਉਹ ਨਹੀਂ ਨਿਕਲਦੀਆਂ, ਵਾਰ ਵਾਰ ਭਰਤੇ ਜਾਵੇ, ਫਿਰ ਉਹਨੂੰ ਸਾਲ ਤੋਂ ਬਾਅਦ ਸੇਲ ਕਰ ਦਿੰਦੇ। ਅਤੇ ਫਿਰ ਨੁਕਸਾਨ ਤਾਂ ਨਹੀਂ ਹੁੰਦਾ? ਨੁਕਸਾਨ ਹੁੰਦਾ ਹੈਗੇ, ਨੁਕਸਾਨ ਜਿੰਨੇ ਦੀ ਉੱਨੇ ਦੀ ਸਾਲ ਪੱਠੇ ਉਹਨੇ ਵਿਹਲਿਆ ਖਾਣੇ, ਉਹਦੀ ਉੱਥੋਂ ਗੰਡਾ ਖਾ ਕੇ ਤਾਂ ਮੋਟੀ ਹੋ ਜਾਂਦੀ ਆ, ਅਗਰ 6 ਮਨ ਦੀ ਹੋਈ ਤਾਂ ਫਿਰ 8 ਮਨ ਦੀ ਹੋ ਜਾਂਦੀ, ਪਰ ਯਕੀਨ ਅਸੀਂ ਪਿੱਛੋਂ ਮਹਿੰਗੀ ਲੈਂਦੇ ਨਾ, ਅਤੇ ਫਿਰ ਉਹ ਇੱਥੇ ਫਿਰ ਗੋਸ਼ਤਾਂ ਨੂੰ ਦਿੰਦੇ ਨਹੀਂ ਆ, ਜਿਹੜੀ ਸੂਣਾ ਨਿਕਲ ਉਹ ਫਾਇਦਾ, ਜਿਹੜੀ ਨਾ ਨਿਕਲੇ। ਸਰ, ਤੁਸੀਂ ਝੋਟੀਆਂ ਵਗੈਰਾ ਖਰੀਦਦੇ ਹੋ, ਤਕਰੀਬਨ ਇਹਨਾਂ ਦੇ ਵਿੱਚ ਜਿਹੜੀ ਚੰਗੀ ਨਸਲ ਦੀਆਂ ਝੋਟੀਆਂ ਨੇ ਕਿਹੜੀਆਂ ਹੁੰਦੀਆਂ ਜੇ? ਯਾਨੀ ਕਿ ਦੁੱਧ ਦੇਣ ਵਾਲੀਆਂ ਜੇ ਮੂੰਹ ਅੱਗੇ ਛੋਟੇ ਹੋਣ, ਹਾਂਜੀ, ਪਿਛਲੀਆਂ ਸਾਡਾਂ ਦੀਆਂ ਖੁੱਲ੍ਹੀਆਂ ਭਾਰੀ ਹੋਣ, ਅਤੇ ਨਸਲ ਵੈਸੇ ਕਿਹੜੀ ਚੰਗੀ ਹੈ ਸਾਡੇ ਸਿਆਲਕੋਟ ਦੇ ਲਿਹਾਜ਼ ਨਾਲ ਅਗਰ ਰੱਖਣੀ ਹੋ ਦੁੱਧ ਵਾਸਤੇ? ਭਾਰੀ ਝੋਟੀ ਚੰਗੀ ਹੈ। ਅਤੇ ਲੰਮਾ ਟਾਈਮ ਦੁੱਧ ਕਿਹੜਾ ਦਿੰਦੀ ਹੈ? ਲਾਂਗ ਟਾਈਮ ਉਹੀ ਹੈ, ਝੋਟੀਆਂ ਉਹਦੇ ਨੇ ਨਹੀਂ ਲੱਤ ਮਾਰਦੀਆਂ, 8-8 ਮਹੀਨੇ ਦੁੱਧ ਦਿੰਦੇ, ਨਵੀਆਂ ਹੋਈ ਜਾਵੇ 8-8 ਮਹੀਨੇ ਦੁੱਧ ਦਿੰਦੇ ਰਹਿੰਦੇ, ਫਿਰ ਅਸੀਂ ਆਪਣੀ ਮਰਜ਼ੀ ਨਾਲ ਛੱਡਦੇ ਹਾਂ। ਵਿੱਚ ਮੀਂਹ ਅਸੀਂ ਪਹਾੜੇ ਲੱਗ ਜਾਂਦੇ ਹਾਂ, ਉਹਦੇ ਅੱਗੇ ਚੋਖਰ ਪਾਉਂਦੇ ਹਾਂ, ਉਹਨਾਂ 'ਚ ਆਉਂਦੇ ਰਹਿੰਦੇ, ਉਹ ਨਹੀਂ ਦੌੜਦੀ, ਫਿਰ ਥੋੜ੍ਹਾ ਦੁੱਧ ਰਹਿ ਜਾਂਦਾ, ਕੋਈ 1/2 ਕਿਲੋ ਦੁੱਧ ਰਹਿੰਦਾ, ਆਪਣੀ ਮਰਜ਼ੀ ਨਾਲ ਛੱਡਦੇ ਹਾਂ। ਮਤਲਬ ਇਸ ਟਾਈਮ ਤੁਹਾਡੇ ਕੋਲ ਦੁੱਧ ਦੇਣ ਵਾਲੇ ਜਾਨਵਰ ਕਿੰਨੇ ਜੀ? 7। ਕਿੰਨਾ ਕੁ ਇੱਕ ਦਿਨ ਦਾ ਦੁੱਧ ਹੋ ਜਾਂਦਾ ਉਹਨਾਂ ਦਾ? ਦੁੱਧ ਹੋ ਜਾਂਦਾ ਕੋਈ ਮਨ ਤੋਂ ਤਾਂ 50 ਕਿਲੋ, ਮਨ ਤੋਂ ਤਾਂ ਹੋ ਜਾਂਦਾ। ਅੱਛਾ, ਤਕਰੀਬਨ ਇੰਨੇ ਜਾਨਵਰਾਂ ਵਾਸਤੇ ਇੱਕ ਦਿਨ ਦੇ ਵਿੱਚ ਜਿਹੜਾ ਇਹਨਾਂ ਦੇ ਚਾਰਾ ਉਹ ਕਿੰਨਾ ਕੁ ਤੁਹਾਨੂੰ ਇਹਨਾਂ ਨੂੰ ਪਾਣੀ ਪੈਂਦਾ? ਮਤਲਬ ਇੱਕ ਦਿਨ ਦਾ ਖਰਚਾ ਕਿੰਨਾ ਕੁ ਬਣ ਜਾਂਦਾ ਤਕਰੀਬਨ? ਇੱਕ ਡੰਗਰ ਦਾ ਕਿੰਨਾ ਖਰਚਾ ਆ ਜਾਂਦਾ? ਉਹਨੇ ਇੱਕ ਟਰਾਲੀ ਪੱਠੇ ਲੈਣੇ ਰੋਜ਼ ਅਤੇ ਸਾਰਾ ਵੰਡਾ ਜਿਹੜਾ 8 ਸੂਈਜ਼ਾਂ ਨੇ ਉਹਨਾਂ 2-2 ਕਿਲੋ ਪਾਉਣਾ, ਉਹ ਡਾਕਟਰ ਆ ਕੇ ਦੱਸਦਾ ਨਾ ਕਿ ਜਿਹੜੀ ਮੈਂ ਜਿੰਨਾ ਜਿੰਨਾ ਦੁੱਧ ਹੁੰਦੀ ਉਹਦੇ ਹਿਸਾਬ ਨਾਲ ਪਾਓ, ਫਿਰ ਜਿਹੜੀ ਸੂਣ ਵਾਲੀਆਂ ਨੇ ਉਹ ਗੋਸ਼ਤ ਵੀ ਵਧਾਉਣਗੀਆਂ, ਸਿਹਤਮੰਦ ਬਣਾਉਣਗੀਆਂ। ਵੰਡਾ ਉਹ ਲਾਇਆ ਅੰਦਰ? ਅੱਛਾ, ਵੰਡਾ ਆਪ ਹੀ ਬਣਾਉਂਦੇ ਹੋ? ਨਹੀਂ, ਬਣਿਆ ਬਣਾ ਲੈਂਦੇ ਹੋ? ਬਣਿਆ ਬਣਾ ਲੈ। ਕਿਹੜੀ ਕੰਪਨੀ ਦਾ ਤੁਹਾਡੇ ਕੋਲ? ਅੱਛਾ ਜੀ, ਇਹ ਜਿਹੜਾ ਵੰਡਾ ਆ ਸਫੇਦ ਡੇਰੀ ਲੀਕ, ਇਹ ਦੁੱਧ ਵਾਲੀਆਂ ਵਾਸਤੇ ਆ, ਤੇ ਜਿਹੜਾ ਲਾਲ ਤੋੜੇ ਦੇ ਵਿੱਚ ਹੈ ਉਹ ਜਿਹੜੀਆਂ ਨੇ ਦੂਸਰੀਆਂ ਸੂਣ ਵਾਲੀਆਂ ਉਹਨਾਂ ਦੇ। ਇਹ 'ਚ ਕੀ ਫਰਕ ਹੈ ਦੋਨਾਂ ਦੇ ਵਿੱਚ? ਉਹ ਚੋਖਰ ਨਵਾਇਆ, ਠੀਕ ਹੋ ਗਿਆ, ਤੇ ਉਹ ਪੱਠੇ ਨੂੰ ਕਿਉਂ ਨਹੀਂ ਸੁੱਟਣੇ ਖਾ ਲੈਂਦੇ, ਇਹਨਾਂ ਨੂੰ ਉਤਾਰ ਕਰਨਾ ਅੱਗੇ ਸੁੱਟ ਲੈਂਦੇ ਨੇ। ਠੀਕ ਹੋ ਗਿਆ, ਠੀਕ। ਅੱਛਾ ਸਰ, ਇਹ ਗੋਦਾਮ ਵਗੈਰਾ ਬਣਾਇਆ ਜਾਏ ਇਹਦੇ ਵਾਸਤੇ, ਤੂੜੀ ਵਾਸਤੇ? ਆਇਓ ਜਨਾਬ, ਸਾਨੂੰ ਥੋੜ੍ਹਾ ਜਿਹਾ ਆਪਣਾ ਉਹ ਦੱਸ ਦਿਓ, ਸ਼ੈਡ ਦੱਸ ਦਿਓ ਥੋੜ੍ਹਾ ਜਿਹਾ ਆਪਣਾ। ਅੱਛਾ ਸਰ, ਇਹ ਦੂਸਰਾ ਤੁਹਾਡਾ ਜਿਹੜਾ ਸ਼ੈੱਡ ਤੁਸੀਂ ਦੂਸਰਾ ਹੀ ਦੇਖ ਰਹੇ ਹਾਂ, ਇਹ ਤਕਰੀਬਨ ਕਾਫੀ ਸਾਰੀ ਇਹਦੀ ਲੰਬਾਈ ਵੀ ਹੈ ਤੇ ਚੌੜਾਈ ਵੀ ਹੈ, ਤੇ ਇਹਦਾ ਛੱਤ ਅਸੀਂ ਦੇਖਨੇ ਪਿਆ ਕਿ TR ਟਾਇਲ ਹੈ ਜੀ, ਤੇ ਤੁਸੀਂ TR ਟਾਇਲ ਹੀ ਕਿਉਂ ਪਾਇਆ? ਕਿ ਅਸੀਂ ਅਕਸਰ ਦੇਖਿਆ ਲੋਕ ਤਿਆਰ ਛੱਤਾਂ ਪਾਉਂਦੇ ਨੇ ਜਾਂ ਇਸ ਤਰ੍ਹਾਂ ਦੀਆਂ, ਤੇ ਇਹਦੀ ਕੀ ਵਜ੍ਹਾ ਜੇ ਖਾਸ?
ਇਹ ਕੀਤਾ ਕਿ ਇਹਨੂੰ ਪੁੱਟ ਕੇ ਤਾਂ ਬੰਦਾ ਅੱਗੇ ਪਿੱਛੇ ਖੜ ਸਕਦਾ, ਹੋਰ ਇਸ ਤੋਂ ਵੱਡਾ ਕਰ ਲੈਂਦਾ ਫਿਰ ਉਹ ਤਿਆਰ ਛਾਤਰ ਜੀ ਉਹ ਦੁਬਾਰਾ ਸਿਰਫ ਉਸੇ ਕੰਮ ਆਉਂਦੀ ਆ, ਦੁਬਾਰਾ ਪੁੱਟ ਕੇ ਦੁਬਾਰਾ ਇਸਤੇਮਾਲ ਨਹੀਂ ਹੋ ਸਕਦੀ ਮਤਲਬ, ਇਸ ਲਈ ਇਹ ਕੰਮ ਜਿਹੜਾ ਤੁਸੀਂ ਕੀਤਾ ਹੈ ਇਹ ਗਾਡਰ ਟੀਅਰ ਆ, ਜਦੋਂ ਵੀ ਕਰਾਂਗੇ ਇਹਨੂੰ ਹੋਰ ਇਸਤੇਮਾਲ 'ਚ ਆ ਜਾਣਾ। ਅੱਛਾ ਸਰ, ਤੁਹਾਡੇ ਕੋਲ ਕਾਫੀ ਸਾਰੀਆਂ ਝੋਟੀਆਂ ਜਿਹੜੀਆਂ ਤਿਆਰ ਹੋ ਰਹੀਆਂ ਨੇ ਜਾਂ ਕੁਛ ਤਿਆਰ ਵੀ ਹੋਣਗੀਆਂ, ਹਾਂਜੀ, ਤੇ ਅਗਰ ਕੋਈ ਬੰਦਾ ਤੁਹਾਡੇ ਕੋਲ ਖਰੀਦਣਾ ਚਾਹੇ ਤੁਸੀਂ ਸੇਲ ਕਰੋਗੇ? ਹਾਂਜੀ ਕਰ ਸਕਦੇ। ਅਗਰ ਕੋਈ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਤੁਸੀਂ ਸੇਲ ਕਰ ਦਿਓਗੇ? ਹਾਂਜੀ। ਤਕਰੀਬਨ ਮੈਕਸੀਮਮ ਕਿੱਥੋਂ ਤੱਕ ਸੇਲ ਕਰ ਦਿੰਦੇ ਹੋ ਮਤਲਬ? ਉਹ ਜਿਹੋ ਜਿਹਾ ਜਾਨਵਰ ਨਿਕਲੇ ਨਾ, ਫਿਰ ਜੇ ਜਾਨਵਰ ਜ਼ਿਆਦਾ ਦੁੱਧ ਵਾਲਾ ਨਿਕਲਦਾ ਫਿਰ ਉਹਦੀ ਕੀਮਤ ਜ਼ਿਆਦਾ ਹੁੰਦੀ ਹੈ, ਇੱਕ ਜਾਨਵਰ ਉਹਦਾ ਨਹੀਂ ਦੁੱਧ ਜ਼ਿਆਦਾ ਨਹੀਂ ਦਿੰਦਾ ਉਹਦੀ ਕੀਮਤ ਫਿਰ ਘੱਟ ਹੋ ਜਾਂਦੀ ਹੈ। ਨਹੀਂ, ਸੂਣ ਤੋਂ ਬਾਅਦ ਸੇਲ ਕਰਦੇ ਹੋ ਕਿ ਪਹਿਲੇ ਸੇਲ ਕਰ? ਪਹਿਲੇ ਵੀ ਕਰ ਦਿੰਦੇ ਹੋ, ਬਾਅਦ ਵੀ ਕਰ ਦਿੰਦੇ, ਯਾਨੀ ਕਿ ਜਿਸ ਤਰ੍ਹਾਂ ਕੋਈ ਲੈਣਾ ਚਾਹੋ ਦੇ ਦਿੰਦੇ ਹੋ? ਠੀਕ ਹੈ ਸਰ, ਬਹੁਤ ਸ਼ੁਕਰੀਆ, ਅੱਲਾਹ ਤਾਲਾ ਤੁਹਾਡੇ ਇਸ ਕੰਮ ਨੂੰ ਮਜ਼ੀਦ ਵਧਾਏ। ਅੱਲਾਹ ਹਾਫਿਜ਼।